ਕਈ ਸਿੰਧ ਬਿੰਦ ਨਗਿੰਦਰ, ਜਿਸ ਨੇ ਕਈ ਸਮੁੰਦਰ ਸੁਮੇਰ ਵਰਗੇ ਪਰਬਤ ਬਣਾਏ ਹਨ। ਕਈ ਮੱਛ ਕੱਛ ਫਨਿੰਦਰ, ਕਈ ਮੱਛ ਕੱਛ ਅਤੇ ਸ਼ੇਸ਼ਨਾਗ ਰਚੇ ਹਨ। ਕਈ ਦੇਵ ਆਦਿ ਕੁਮਾਰ, ਕਈ ਦੇਵਤੇ ਅਤੇ ਸਨਕਾਦਿਕ ਸਿਰਜੇ ਹਨ। ਕਈ ਕ੍ਰਿਸ਼ਨ ਬਿਸ਼ਨ ਅਵਤਾਰ, ਕਈ ਕ੍ਰਿਸ਼ਨ ਵਿਸ਼ਨੂੰ ਆਦਿ ਅਵਤਾਰਾਂ ਨੂੰ ਅਵਤਰਿਤ ਕੀਤਾ ਹੈ। ਕਈ ਇੰਦਰ ਬਾਰ ਬੁਹਾਰ, ਉਸਦੇ ਦੁਆਰ ਉੱਤੇ ਕਈ ਇੰਦਰ ਝਾੜੂ ਦਿੰਦੇ ਹਨ। ਕਈ ਵੇਦ ਔ ਮੁਖਚਾਰ, ਕਈ ਵੇਦ ਅਤੇ ਬ੍ਰਹਮਾ ਹਨ। ਕਈ ਰੁਦ੍ਰ ਛੋਦਰ ਸਰੂਪ, ਕਈ ਤੁੱਛ ਰੂਪ ਵਾਲੇ ਰੁਦ੍ਰ ਹਨ। ਕਈ ਰਾਮ ਕ੍ਰਿਸ਼ਨ ਅਨੂਪ, ਕਈ ਅਨੁਪਮ ਰੂਪ ਵਾਲੇ ਕ੍ਰਿਸ਼ਨ ਅਤੇ ਰਾਮ ਹਨ। ਕਈ ਕੋਕ ਕਾਵ ਪਨੰਤ, ਕਈ ਕੋਕ ਸ਼ਾਸਤਰ ਅਤੇ ਕਾਵ ਨੂੰ ਪੜ੍ਹਦੇ ਹਨ। ਕਈ ਵੇਦ ਭੇਦ ਕਹੰਤ, ਕਈ ਵੇਦਾਂ ਦੇ ਰਹੱਸ ਨੂੰ ਪ੍ਰਗਟ ਕਰਦੇ ਹਨ, ਵਿਆਖਿਆ ਕਰਦੇ ਹਨ। ਕਈ ਸ਼ਾਸਤਰ ਸਿਮ੍ਰਿਤ ਬਖਾਨ, ਕਿਤਨੇ ਹੀ ਸ਼ਾਸਤਰਾਂ ਅਤੇ ਸਿਮ੍ਰਿਤੀਆਂ ਦਾ ਬਖਾਨ ਕਰਦੇ ਹਨ। ਕਹੋ ਕਥਤ ਹੀ ਸੂ ਪੁਰਾਣ, ਅਤੇ ਕਿਤਨੇ ਹੀ ਪੁਰਾਣਾਂ ਦੀ ਕਥਾ ਕਰਦੇ ਹਨ। ਕਈ ਅਗਨ ਹੋਤਰ ਕਰੰਤ, ਕਿਤਨੇ ਹੀ ਹੋਮ ਕਰਦੇ ਹਨ। ਕਈ ਉਰਦ ਤਾਪ ਤੁਰੰਤ, ਕਿਤਨੇ ਹੀ ਪੁੱਠੇ ਲਟਕ ਕੇ ਕਠਿਨ ਤਪ ਕਰਦੇ ਹਨ। ਕਈ ਉਰਦ ਬਾਹੋ ਸੰਨਿਆਸ, ਕਈ ਬਾਹਾਂ ਨੂੰ ਉੱਚਾ ਉਠਾ ਕੇ ਤਪੱਸਿਆ ਕਰਨ ਵਾਲੇ ਸੰਨਿਆਸੀ ਹਨ। ਕਹੂੰ ਜੋਗ ਭੇਸ ਉਦਾਸ, ਕਈ ਜੋਗਿਆਂ ਦੇ ਭੇਸ ਵਿੱਚ ਨਿਰਲਿਪਤ ਫਿਰਦੇ ਹਨ। ਕਹੂੰ ਨਿਵਲੀ ਕਰਮ ਕਰੰਤ, ਕਿਤੇ ਕੋਈ ਨੌਲੀ ਕਰਮ ਕਰਦੇ ਹਨ। ਕਹੂੰ ਪੌਣ ਆਹਾਰ ਦੁਰੰਤ, ਕਿਤੇ ਕੋਈ ਕਠਿਨ ਪੌਣ ਆਹਾਰ ਕਰਦੇ ਹਨ। ਕਹੂੰ ਤੀਰਥ ਦਾਨ ਅਪਾਰ, ਕਈ ਤੀਰਥਾਂ ਉੱਤੇ ਅਪਾਰ ਦਾਨ ਕਰਦੇ ਹਨ। ਕਹੂੰ ਜੱਗ ਕਰਮ ਉਦਾਰ, ਅਤੇ ਕਈ ਉਦਾਰਤਾ ਪੂਰਵਕ ਯੱਗ ਕਰਮ ਕਰਦੇ ਹਨ। ਕਹੂੰ ਅਗਨ ਹੋਤਰ ਅਨੂਪ, ਕਿਤੇ ਅਨੂਪ ਹਵਨ ਅਗਨੀਹੋਤਰ ਹੁੰਦੇ ਹਨ। ਕਹੂੰ ਨਿਆਇ ਰਾਜ ਵਿਭੂਤ, ਕਿਤੇ ਰਾਜ ਸੰਪਦਾ ਕਾਰਨ ਨਿਆਂ ਹੁੰਦਾ ਹੈ। ਕਹੂੰ ਸ਼ਾਸਤਰ ਸਿਮ੍ਰਿਤ ਰੀਤ, ਕਿਤੇ ਸ਼ਾਸਤਰਾਂ ਅਤੇ ਸਿਮ੍ਰਿਤੀਆਂ ਦੀ ਵਿਧੀ ਹੁੰਦੀ ਹੈ। ਕਹੂੰ ਵੇਦ ਸਿਉਂ ਵਿਪਰੀਤ, ਅਤੇ ਕਿਤੇ ਵੇਦਾਂ ਦੇ ਉਲਟ ਰੀਤਾਂ ਹੁੰਦੀਆਂ ਹਨ। ਕਈ ਦੇਸ਼ ਦੇਸ਼ ਫਿਰੰਤ, ਕਈ ਦੇਸ਼ ਦੇਸਾਂਤਰਾਂ ਵਿੱਚ ਫਿਰਦੇ ਹਨ। ਕਈ ਏਕ ਠੋਰ ਇਸ ਥੰਤ, ਕਈ ਇੱਕੋ ਸਥਾਨ ਉੱਤੇ ਸਥਿਤ ਹਨ। ਕਹੋ ਕਰਤ ਜਲ ਮਹਿ ਜਾਪ, ਕਈ ਪਾਣੀ ਵਿੱਚ ਖੜ੍ਹੇ ਹੋ ਕੇ ਜਾਪ ਕਰਦੇ ਹਨ। ਕਹੋ ਸਹਿਤ ਤਨ ਭਰ ਤਾਪ, ਕਈ ਸਰੀਰ ਉੱਤੇ ਧੁੱਪ ਤਾਪ ਸਹਿਣ ਕਰਦੇ ਹਨ। ਕਹੂੰ ਬਾਸ ਬਨ ਹੈ ਕਰੰਤ, ਕਿਤੇ ਕਈ ਬਨਾਂ ਵਿੱਚ ਵਾਸ ਕਰਦੇ ਹਨ। ਕਹੂੰ ਤਾਪ ਤਨੈ ਸਹੰਤ, ਕਿਤੇ ਕਈ ਸਰੀਰ ਉੱਤੇ ਗਰਮੀ ਸਹਿੰਦੇ ਹਨ। ਕਹੂੰ ਗ੍ਰਸਤ ਧਰਮ ਅਪਾਰ, ਕਿਤੇ ਕਈ ਗ੍ਰਸਤ ਧਰਮ ਦੀ ਪਾਲਣਾ ਕਰਦੇ ਹਨ। ਕਹੂੰ ਰਾਜ ਰੀਤ ਉਦਾਰ,
ਅਤੇ ਕਈ ਰਾਜਨੀਤੀ ਦਾ ਉਦਾਰਤਾ ਪੂਰਵਕ ਨਿਰਵਾਹ ਕਰਦੇ ਰਹੇ ਹਨ। ਕਹੋ ਰੋਗ ਰਹਿਤ ਅਭਰਮ, ਕਿਤੇ ਕੋਈ ਰੋਗ ਅਤੇ ਭਰਮ ਤੋਂ ਰਹਿਤ ਹੈ। ਕਹੋ ਕਰਮ ਕਰਤ ਅਕਰਮ, ਕਿਤੇ ਕਈ ਨਾ ਕਿਤੇ ਜਾਣ ਵਾਲੇ ਕਰਮ ਕਰਦੇ ਹਨ। ਕਹੋ ਸੇਖ ਬ੍ਰਹਮ ਸਰੂਪ, ਕਿਤੇ ਕਈ ਸ਼ੇਸ਼ਨਾਗ ਬ੍ਰਹਮ ਸਰੂਪ ਹਨ। ਕਹੋ ਨੀਤ ਰਾਜ ਅਨੂਪ, ਕਿਤੇ ਅਨੁਪਮ ਨੀਤੀਵਾਨ ਹਨ। ਕਹੋ ਰੋਗ ਸੋਗ ਬਹੀਨ, ਕਿਤੇ ਰੋਗ ਅਤੇ ਸੋਗ ਤੋਂ ਰਹਿਤ ਹਨ। ਕਹੋ ਏਕ ਭਗਤ ਅਧੀਨ, ਕਿਤੇ ਕਈ ਇੱਕ ਮਾਤਰ ਭਗਤੀ ਦੇ ਵਸ ਵਿੱਚ ਹਨ। ਕਹੋ ਰੰਗ ਰਾਜਕੁਮਾਰ, ਕਿਤੇ ਕਈ ਨਿਰਧਨ ਅਤੇ ਕਿਤੇ ਰਾਜਕੁਮਾਰ ਹਨ। ਕਹੋ ਵੇਦ ਵਿਆਸ ਅਵਤਾਰ, ਕਿਤੇ ਕਈ ਵੇਦ ਵਿਆਸ ਦਾ ਅਵਤਾਰ ਹਨ। ਕਈ ਬ੍ਰਹਮ ਵੇਦ ਰਟੰਤ, ਕਈ ਬ੍ਰਹਮੇ ਵੇਦਾਂ ਨੂੰ ਪੜ੍ਹ ਰਹੇ ਹਨ। ਕਈ ਸੇਖ ਨਾਮ ਉਚਰੰਤ, ਕਈ ਸ਼ੇਸ਼ਨਾਗ ਦਾ ਨਾਮ ਉਚਾਰਨ ਕਰ ਰਹੇ ਹਨ। ਵੈਰਾਗ ਕਹੂੰ ਸੰਨਿਆਸ, ਕਿਤੇ ਕੋਈ ਵੈਰਾਗੀ ਹੈ ਅਤੇ ਕਿਤੇ ਸੰਨਿਆਸੀ। ਕਹੋ ਫਿਰਤ ਰੂਪ ਉਦਾਸ, ਕਿਤੇ ਕੋਈ ਤਪਸਵੀ ਸੰਸਾਰ ਤੋਂ ਉਪਰਾਮ ਹੋ ਕੇ ਫਿਰ ਰਿਹਾ ਹੈ। ਸਭ ਕਰਮ ਫੋਕਟ ਜਾਣ, ਪਿੱਛੇ ਦੱਸੇ ਸਾਰੇ ਕਰਮ ਵਿਅਰਥ ਸਮਝੋ। ਸਭ ਧਰਮ ਨਿਹਫਲ ਮਾਨ, ਸਾਰੇ ਧਰਮ ਨਿਸਫਲ ਮੰਨੋ। ਬਿਨ ਏਕ ਨਾਮ ਆਧਾਰ, ਇੱਕ ਨਾਮ ਦੇ ਆਧਾਰ ਤੋਂ ਬਿਨਾਂ ਸਭ ਕਰਮ ਭਰਮ ਵਿਚਾਰ, ਸਾਰੇ ਕਰਮਾਂ ਨੂੰ ਭਰਮ ਮਾਤਰ ਸਮਝਣਾ ਚਾਹੀਦਾ ਹੈ। ਤਵੈ ਪ੍ਰਸਾਦ ਲਘੂ ਨਿਰਾਜ ਛੰਦ, ਲਘੂ ਨਿਰਾਜ ਛੰਦ ਤੇਰੀ ਕਿਰਪਾ ਨਾਲ। ਜਲੇ ਹਰੀ, ਜਲ ਵਿੱਚ ਹਰੀ ਹੈ, ਥਲੇ ਹਰੀ, ਥਲ ਵਿੱਚ ਹਰੀ ਹੈ, ਉਰੇ ਹਰੀ, ਹਿਰਦੇ ਵਿੱਚ ਹਰੀ ਹੈ, ਬਣੇ ਹਰੀ ਅਤੇ ਜੰਗਲਾਂ ਵਿੱਚ ਵੀ ਹਰੀ ਹੀ ਹੈ। ਗਿਰੇ ਹਰੀ, ਪਰਬਤਾਂ ਵਿੱਚ ਹਰੀ ਹੈ, ਗੁਫੇ ਹਰੀ, ਗੁਫਾਵਾਂ ਵਿੱਚ ਹਰੀ ਹੈ, ਛਿੱਤੇ ਹਰੀ, ਧਰਤੀ ਛਿੱਤ ਵਿੱਚ ਹਰੀ ਹੈ, ਨਵੇ ਹਰੀ, ਆਕਾਸ਼ ਵਿੱਚ ਹਰੀ ਹੈ, ਈਹਾਂ ਹਰੀ, ਇਸ ਲੋਕ ਵਿੱਚ ਹਰੀ ਹੈ, ਊਹਾਂ ਹਰੀ, ਪਰਲੋਕ ਵਿੱਚ ਹਰੀ ਹੈ, ਜਿਮੀ ਹਰੀ, ਜ਼ਮੀਨ ਉੱਤੇ ਹਰੀ ਹੈ, ਜਵਾਂ ਹਰੀ, ਆਕਾਸ਼ ਵਿੱਚ ਵੀ ਹਰੀ ਹੈ, ਆਲੇਖ ਹਰੀ, ਹਰੀ ਲੇਖ ਤੋਂ ਬਿਨਾਂ ਹੈ, ਅਭੇਖ ਹਰੀ, ਹਰੀ ਭੇਖ ਤੋਂ ਬਿਨਾਂ ਹੈ, ਆਦੋਖ ਹਰੀ, ਹਰੀ ਦੋਖ ਤੋਂ ਬਿਨਾਂ ਹੈ, ਅਦਵੈਖ ਹਰੀ, ਹਰੀ ਦੁਵੈਤ ਭਾਵ ਤੋਂ ਬਿਨਾਂ ਹੈ, ਅਕਾਲ ਹਰੀ, ਹਰੀ ਕਾਲ ਰਹਿਤ ਹੈ, ਅਪਾਲ ਹਰੀ, ਹਰੀ ਪਾਲਣ ਪੋਸ਼ਣ ਤੋਂ ਰਹਿਤ ਹੈ, ਅਛੇਦ ਹਰੀ, ਹਰੀ ਛੇਦਿਆ ਨਹੀਂ ਜਾ ਸਕਦਾ, ਅਭੇਦ ਹਰੀ, ਹਰੀ ਦਾ ਭੇਦ ਨਹੀਂ ਪਾਇਆ ਜਾ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।